ਕੀ ਸਰੋਤਿਆਂ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ حاضر ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕੈਬਨਟ ਮੀਟਿੰਗ ਦੇ ਵਿੱਚ ਪੈਟਰੋਲ ਡੀਜ਼ਲ ਤੇ ਵੈਟ ਕਟਾਉਣ ਸੰਬੰਧੀ ਹੋ ਸਕਦਾ ਕੋਈ ਫੈਸਲਾ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਜਥੇ ਵਿਸ਼ਕਰਮਾ ਮੰਦਿਰ ਦੀ ਉਸਾਰੀ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਉੱਥੇ ਉਹਨਾਂ ਨੇ ਕਿਹਾ ਕਿ ਜੋ ਵੀ ਪੀੜਤ ਹਨ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੈ ਉਹ ਚੰਡੀਗੜ੍ਹ ਦਫ਼ਤਰ ਪਹੁੰਚ ਸਕਦੇ ਨੇ ਜਾਂ ਮੇਲ ਦੇ ਰਾਹੀਂ ਆਪਣੀ ਤਕਲੀਫ ਦੱਸ ਸਕਦੇ ਨੇ ਉਸ ਦਾ ਤੁਰੰਤ ਨਿਪਟਾਰਾ ਹੋਵੇਗਾ ਉਹਨਾਂ ਨੇ ਕਿਹਾ ਸਰਕਾਰ ਆਮ ਜਨਤਾ ਦੀ ਹੈ ਮਾਂ ਪਿਓ ਵਾਂਗ ਹੁੰਦੀ ਹੈ ਉਹ ਆਪਣੀ ਫਰਿਆਦ ਲੈ ਕੇ ਸਰਕਾਰ ਕੋਲ ਨਹੀਂ ਜਾਣਗੇ ਤਾਂ ਕਿਸ ਕੋਲ ਜਾਣਗੇ ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕੇਂਦਰ ਸਰਕਾਰ ਨੇ ਜੋ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਵੈਟ ਦੀ ਕਟੌਤੀ ਕਰਕੇ ਰਾਹਤ ਦਿੱਤੀ ਉਸ ਨੂੰ ਲੈ ਕੇ ਸੂਬਾ ਸਰਕਾਰ ਵੀ ਜਲਦੀ ਕੋਈ ਨਾ ਕੋਈ ਐਲਾਨ ਜ਼ਰੂਰ ਕਰੇਗੀ। ਹੁਣ ਤੱਕ 1.50 ਲੱਖ ਐਸ.ਐਸ. ਵਿਦਿਆਰਥੀਆਂ ਨੂੰ ਫ੍ਰੀ ਸ਼ਿਪ ਕਾਰਡ ਜਾਰੀ ਡਾਕਟਰ ਰਾਜਕੁਮਾਰ ਵੀਰਕਾ ਪੰਜਾਬ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾਕਟਰ ਰਾਜਕੁਮਾਰ ਵੀਰਕਾ ਨੇ ਅੱਜ ਇੱਥੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਹੇਠਾਂ ਹੁਣ ਤੱਕ 1.5 ਲੱਖ ਵਿਦਿਆਰਥੀਆਂ ਨੂੰ ਫ੍ਰੀਸ਼ਿਪ ਕਾਰਡ ਜਾਰੀ ਕਰ ਦਿੱਤੇ ਗਏ ਹਨ ਇਸ ਸਕੀਮ ਦੇ ਹੇਠਾਂ ਅੱਗੇ ਹੋਰ ਵਿਦਿਆਰਥੀਆਂ ਨੂੰ ਅਪਲਾਈ ਕਰਨ ਵਾਸਤੇ ਪੋਰਟਲ ਖੁੱਲਾ ਰੱਖਿਆ ਗਿਆ ਡਾਕਟਰ ਵੀਰਕਾ ਨੇ ਦੱਸਿਆ ਕਿ ਐਸੀ ਵਿਦਿਆਰਥੀ ਦਾਖਲੇ ਦੇ ਸੰਬੰਧੀ ਮੁਸ਼ਕਲ ਨੂੰ ਦੂਰ ਕਰਨ ਦੇ ਲਈ ਫ੍ਰੀਸ਼ਿਪ ਕਾਰਡ ਸਕੀਮ ਸ਼ੁਰੂ ਕੀਤੀ ਗਈ ਸਕੀਮ ਦੇ ਹੇਠਾਂ ਵਿਦਿਆਰਥੀ ਦੇ ਕਾਰਡ ਬੰਨ੍ਹ ਪਿੱਛੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੇਠ ਕਿਸੇ ਵੀ ਵਿਦਿਅਕ ادارے ਵਿੱਚ ਦਾਖਲਾ ਲੈਣ ਦੇ ਯੋਗ ਹੋ ਜਾਂਦੇ ਨੇ ਇਸ ਤੋਂ ਪਹਿਲਾਂ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਹੇਠਾਂ ਨੂੰ ਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਸਨ ਕਿਸਾਨਾਂ ਨੇ ਬੀਜੇਪੀ ਆਗੂ ਨੂੰ ਮੰਦਰ ਚੂ ਬਨਾਇਆ ਬੰਦਕ ਕੱਢੀਵਾਨਾਂ ਦੀ ਹਵਾ ਹਰਿਆਣਾ ਦੇ ਵਿੱਚ ਭਾਜ ਭਾ ਦੇ ਉਪ ਪ੍ਰਧਾਨ ਅਤੇ ਸਾਬਕਾ ਮੰਤਰੀ ਮਨੀਸ਼ ਗਰੋਵਰ ਸ਼ੁੱਕਰਵਾਰ ਨੂੰ ਖਵੇਰੇ ਕਰੀਬ 10 ਵਜੇ ਹਰਿਆਣਾ ਦੇ ਰੋहतक ਜ਼ਿਲ੍ਹੇ ਦੇ ਪਿੰਡ ਕਲੋਈ ਦੇ ਵਿੱਚ ਪੂਜਾ ਕਰਨ ਪਹੁੰਚੇ ਦਰਸਲ ਕਲੋਈ ਨੇ ਪ੍ਰਚਾਨ ਵਿਸ਼ਵ ਮੰਦਿਰ ਦੇ ਉੱਤਰਾਖੰਡ ਦੇ ਧਾਰਮਿਕ ਸਥਾਨ ਕੇਦਾਰਨਾਥ ਧਾਮ ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਦੀ ਪੂਜਾ ਪਾਠ ਦੇ ਸਮੇਤ 400 ਕਰੋੜ ਰੁਪਏ ਦੇ ਨੀਂ ਪੱਥਰ ਅਤੇ ਉਦਘਾਟਨੀ ਸਮਾਰੋਹ ਦਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ ਜਿਵੇਂ ਹੀ ਪਿੰਡ ਦੇ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਪਾਚਪਾਗੂ ਮੰਦਿਰ ਵਿੱਚ ਜਾਣ ਕਿਸਾਨਾਂ ਨੇ ਧਰਨਾ ਦੇਣ ਦੇ ਲਈ ਮੰਦਿਰ ਦੇ ਬਾਹਰ ਪਹੁੰਚ ਗਏ ਮੰਦਿਰ ਦੇ ਹਾਤੇ ਦੇ ਵਿੱਚ ਲੱਗੀਆਂ ਟੀਵੀ ਸਕਰੀਨਾਂ ਦੀਆਂ ਤਾਰਾ ਤੋੜ ਦਿੱਤੀਆਂ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਘੇਰ ਲਿਆ ਬੰਦਕ ਬਣਾਏ ਗਏ ਭਾਜਪਾ ਆਗੂਆਂ ਦੇ ਵਿੱਚ ਪਾਰਟੀ ਦੇ ਸੂਬਾ ਸੰਗਠਨ ਦੇ ਇੰਚਾਰਜ ਅਰਜਵਿੰਦ ਅਰਵਿੰਦਰ ਰਾਜੂ ਅਤੇ ਸਾਬਕਾ ਮੰਤਰੀ ਮਨੀਸ਼ ਗਰੋਵਰ ਦੇ ਸਮੇਤ ਸਥਾਨਕ ਆਗੂ ਸ਼ਾਮਲ ਸਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੇ ਕਿਸਾਨ ਮੰਦਰ ਦੇ ਬਾਹਰ ਇਕੱਠੇ ਹੋ ਗਏ ਭਾਜਪਾ ਨੇਤਾਵਾਂ ਨੂੰ ਮੰਦਰ ਵਿੱਚੋਂ ਬਾਹਰ ਕੱਢਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਕਸਾਨਾ ਨੇ ਉਹਨਾਂ ਦੇ ਹਵਾ ਜਿਹੜੀ ਬਾਨਾਂ ਦੀ ਕੱਢ ਦਿੱਤੀ ਤੇ ਅੱਗੇ ਲਿਆ ਕੇ ਇੱਟਾਂ ਰੋੜੇ ਪੱਥਰ ਤੇ ਬੱਲਨ ਨੂੰ ਗੇਟ ਦੇ ਅੱਗੇ ਜੋੜ ਦਿੱਤਾ ਚੰਨੀ ਨੇ ਹਰਮੰਦਰ ਲੱਕੀ ਦੇ ਘਰ ਪਹੁੰਚ ਕੇ ਕਾਂਗਰਸ ਪਾਰਟੀ ਦੇ ਵਿੱਚ ਕੀਤਾ ਸ਼ਾਮਲ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ ਜਾਨਾ ਬਹੁਤ ਸਾਰੇ ਲੋਕ ਪਾਰਟੀ ਦੀਆਂ ਆ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ ਦੇ ਮੋਰਿੰਡਾ ਤੋਂ ਆਗੂ ਹਰਮਿੰਦਰ ਲੱਖੀ ਨੂੰ ਸਿਰਪਾਉ ਪਾ ਕੇ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਮੌਕੇ ਪਰਗਟ ਕੀਤੇ ਨਮਸਤੇ ਲੰਡਨ ਮੁੰਬਈ ਛੱਡ ਕੇ ਯੂਕੇ ਵਸਣ ਜਾ ਰਹੇ ਦੇਸ਼ ਦੇ ਸਭ ਤੋਂ ਅਮੀਰ ਸ਼ਖਸ਼ ਮੁਕੇਸ਼ ਸ਼ੰਭਾਨੀ ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ ਅਤੇ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਸ਼ੰਭਾਨੀ ਦੇ ਲੰਡਨ ਚ ਸੈਟਲ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਗਈਆਂ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਸ਼ੰਭਾਨੀ ਦੇ ਬ੍ਰਿਟੇਨ ਚ ਰਹਿਣ ਦੀ ਖਬਰ ਨੇ ਲੋਕਾਂ ਦੇ ਪ੍ਰਤੀਕਿਰਿਆ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਹੋ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਬ੍ਰਿਟੇਨ ਦੇ ਵਿੱਚ ਮੁਕੇਸ਼ ਸ਼ੰਭਾਨੀ ਦਾ ਲਿਸ਼ਾਨਕਾਰ ਬਣ ਕੇ ਤਿਆਰ ਹੋ ਚੁੱਕਾ ਹੈ ਉਸ ਨੇ ਸਟਾਉਣ ਪਾਰਕ ਚੁਸਤੇਤਾ ਆਪਣੇ ਲਈ ਸ਼ਾਨਕਾਰ 592 ਕਰੋੜ ਰੁਪਏ ਵਿੱਚ ਤਿਆਰ ਕਰਵਾਇਆ ਹੈ 49 ਤੋਂ ਵੱਧ ਕਮਰੇ ਸਵੀਮਿੰਗ ਪੂਲ ਮੈਡੀ ਹਸਪਤਾਲ ਕਲੱਬ ਆਡੀਟੋਰੀਅਮ ਪਾਰਕ ਓਪਨ ਏਰੀਆ ਹੈ ਜਦਕੀ ਘਰ ਦੇ ਲਈ ਇੱਕ ਵੱਖਰੀ ਸੜਕ ਵੀ ਤਿਆਰ ਕਰਵਾਈ ਆ ਸੋ 300 ਏਕੜ ਤੋਂ ਵੱਧ ਖਰਚ ਕੀਤਾ ਗਿਆ ਹੈ ਦੀਵਾਲੀ ਵਾਲੀ ਸ਼ਾਮ ਦਸੂਹਾ ਦੇ ਨੇੜੇ ਵਾਪਰਿਆ ਵੱਡਾ ਹਾਦਸਾ ਸਕੇ ਭੈਣ ਭਰਾਵਾਂ ਦੀ ਮੌਤ ਸਿੱਧੂ ਪਰਿਵਾਰ ਨੇ ਨਹੀਂ ਮਨਾਈ ਦੀਵਾਲੀ ਤੀ ਰਾਬੀਆਂ ਨੇ ਇੰਸਟਾਗ੍ਰam ਤੇ ਆਖੀ ਵੱਡੀ ਗੱਲ ਉਹਨਾਂ ਨੇ ਕਿਹਾ ਨੋ ਦੀਵਾਲੀ ਫਾਰ ਅਸ ਖਬਰਾਂ ਦੇ ਮੁਤਾਬਕ ਸਿੱਧੂ ਦਾ ਪੂਰਾ ਦਿਨ ਪਰਿਵਾਰ ਦੇ ਨਾਲ ਰਿਹਾ ਪਰ ਉਹਨਾਂ ਨੇ ਨਾ ਹੀ ਘਰ ਨੂੰ ਸਜਾਇਆ ਤੇ ਨਾ ਹੀ ਕੋਈ ਪਟਾਕਾ ਚਲਾਇਆ ਸਿੱਧੂ ਮੰਗਲਵਾਰ ਨੂੰ ਮੰਤਰੀ ਚੰਨੀ ਦੇ ਮੁੱਖ ਮੰਤਰੀ ਚੰਨੀ ਦੇ ਨਾਲ ਕੇਦਾਰਨਾਥ ਦੇ ਦਰਸ਼ਨ ਕਰਕੇ ਵਾਪਸ ਅਮਰਤਪੁਰ ਤੇ ਸਨ ਰਾਜਾ ਵੜਿੰਗ ਨੇ ਕੈਪਟਨ ਨੂੰ ਦਿੱਤੀ ਸਲਾਹ ਕਿ ਹਾਂ ਪੰਜਾਬ ਕਾਂਗਰਸ ਦੇ ਨਾਲ ਨਾ ਉਲਝੋ ਘਰੇ ਟਿਕ ਕੇ ਬਹਿਜੋ ਸੋ ਵੱਡੀ ਖਬਰ ਆ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਕੈਪਟਨ ਮਰਿੰਦਰ ਤੇ ਹਮਲਾ ਕਰਦੇ ਹਨ ਹਮਲਾ ਕਰਕੇ ਬੋਲਿਆ ਹੈ ਕਿ ਟਵੀਡ ਕੀਤਾ ਕੈਪਟਨ ਇੱਕ ਸਮਝੌਤਾ ਵਾਦੀ ਮੁੱਖ ਮੰਤਰੀ ਹੈ ਜਿਸ ਨੇ ਕਾਲੇ ਕਾਗਜ਼ ਤੇ ਕਾਲੀ ਸ਼ਾਹੀ ਨਾਲ ਵਾਦੇ ਲਿਖੇ ਸਨ ਜਦੋਂ ਵਾਦੇ ਕਾਲੇ ਕਾਗਜ਼ ਤੇ ਚਿੱਟੇ ਰੰਗ ਨਾਲ ਲਿਖੇ ਜਾਣੇ ਚਾਹੀਦੇ ਸਹੀ ਇਹਨਾਂ ਨੇ ਵੜਿੰਗਣ ਨੇ ਕਿਹਾ ਕਿ ਕੈਪਟਨ ਕਦੇ ਵੀ ਬਾਦਲ ਤੇ ਭਾਜਪਾ ਦੇ ਖਿਲਾਫ ਆਰਾਮ ਖੇਤਰ ਤੋਂ ਬਾਹਰ ਨਹੀਂ ਹੋਏ ਉਹਨਾਂ ਨੇ ਕੈਪਟਨ ਨੂੰ ਰਿਟਾਇਰ ਹੋਣ ਦੀ ਸਲਾਹ ਦਿੱਤੀ ਆ 9 ਨਵੰਬਰ ਦਾ ਦਿਨ ਅਹਿਮ ਆ ਸਕਦੀ ਹੈ ਲੱਖਾਂ ਲੋਕਾਂ ਦੀ ਮੁਸੀਬਤ ਬਦਾਉਣ ਵਾਲੀ ਖਬਰ ਸੋ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਅਗਾਮੀ 26 ਨਵੰਬਰ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਤੇ ਇਸ ਦੌਰਾਨ ਅੰਦੋਲਨ ਚ ਇੱਕ ਸਾਲ ਪੂਰੇ ਹੋਣ ਦੀ ਖਬਰ ਸੰਯੁਕਤ ਕਿਸਾਨ ਮੋਰਚੇ ਸਮੇਤ ਹੋਰ ਕਿਸਾਨ ਜਥੇਬੰਦੀਆਂ ਨੇ ਸਰਗਰਮੀ ਵਧਾ ਦਿੱਤੀ ਇਸ ਲੜੀ ਦੇ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਤਰਨਾ ਪ੍ਰਦਰਸ਼ਨ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਇੱਕ ਅਹਿਮ ਮੀਟਿੰਗ ਅਗਲੇ ਹਫ਼ਤੇ 9 ਨਵੰਬਰ ਨੂੰ ਬੁਲਾਈ ਹੈ ਸੋ ਸਿੰਘੂ ਦਿੱਲੀ ਅਤੇ ਹਰਿਆਣਾ ਕੁੰਡਲੀ ਬਾਰਡਰ ਤੇ ਬੁਲਾਈ ਗਈ 9 ਨਵੰਬਰ ਦੀ ਮੀਟਿੰਗ ਦਲਾਂ ਅੰਦੋਲਨ ਦੇ ਸਬੰਧੀ ਕੋਈ ਵੱਡਾ ਫੈਸਲਾ ਆ ਸਕਦਾ ਕਿਸਾਨ ਅੰਦੋਲਨ ਤੇਜ਼ ਕਰਨ ਦੀ ਦਿਸ਼ਾ ਵਿੱਚ ਕਈ ਵੱਡੇ ਐਲਾਨ ਹੋ ਸਕਦੇ ਨੇ ਅੰਦੋਲਨ ਜਿਹੜਾ ਤੇਜ਼ ਹੋ ਸਕਦਾ ਦਿੱਲੀ ਐਨਸੀਆਰ ਦੇ ਬਾਰਡਰ ਤੇ ਵਧਣ ਲੱਗ ਗਈ ਹੈ ਕਿਸਾਨਾਂ ਦੀ ਗਿਣਤੀ ਵਿਧਾਇਕ ਰੂਪਿੰਦਰ ਕੌਰ ਰੂਬੀ ਆਪ ਦੇ ਪ੍ਰੋਗਰਾਮਾਂ ਚ ਤੇ ਪੋਸਟਰਾਂ ਚ ਕਿਉਂ ਗਾਇਬ ਬਠਿੰਡਾ ਦੇ ਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰੂਪਿੰਦਰ ਕੌਰ ਰੂਬੀ ਅੱਜਕੱਲ੍ਹ ਨਾ ਤਾਂ ਸਿਰਫ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਜਾਂ ਪੋਸਟਰਾਂ ਚ ਕਾਏ ਕੋਈ ਬਲਕਿ ਹਲਕੇ ਦੇ ਵਿੱਚ ਵੀ ਨજર ਨਹੀਂ ਆ ਰਹੇ ਬਠਿੰਡਾ ਪਹੁੰਚੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਨਹੀਂ ਪਹੁੰਚੇ ਰੂਪੀਸਵਰ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਨਹੀਂ ਲੜਨਗੇ ਅਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸੰਪਰਕ ਨਹੀਂ ਹੋ ਸਕਿਆ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਦੀ ਦੀਵਾਲੀ ਚ ਹੋਈ ਪੰਜਾਬੀ 뮤직 ਇੰਡਸਟਰੀ ਚ ਵਾਪਸੀ ਸੋ ਪੰਜਾਬੀ ਲੋਕ ਮਸ਼ਹੂਰ ਲੋਕ ਗਾਇਕਾ ਜਸਵਿੰਦਰ ਬਰਾੜ ਕਿਸੇ ਪਛਾਣ ਦੀ ਮੋਤਾਦਨੀ ਹੈ ਉਹਨਾਂ ਨੇ ਪੰਜਾਬੀ ਲੋਕ ਗੀਤ ਪਾਗੜੇ ਦੀ ਰਾਣੀ ਵਜੋਂ ਵੀ ਜਾਣੇ ਜਾਂਦੇ ਹਨ ਸਟੇਜ ਸ਼ੋਅ ਲਈ ਜਾਣੀ ਜਾਂਦੀ ਹੈ ਤੇ ਉਸ ਨੂੰ ਕਾੜੀਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਉਹ ਆਪਣੇ ਲੋਕ ਤੱਤ ਲਈ ਵਿਸ਼ੇਸ਼ ਤੌਰ ਤੇ ਜਾਣੀ ਜਾਂਦੀ ਹੈ 1990 ਦੇ ਵਿੱਚ ਕੀਮਤੀ ਚੀਜ਼ ਨਾਮ ਦੀ ਐਲਬਮ ਰਾਹੀਂ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਸਨ 2000 ਦੇ ਵਿੱਚ ਰਣਜੀਤ ਸਿੰਘ ਸਿੱਧੂ ਨਾਲ ਉਹਨਾਂ ਨੇ ਵਿਆਹ ਕਰਵਾਇਆ ਉਹਨਾਂ ਦੀ ਇੱਕ ਤੀਵੀਆ ਦੇਸ਼ ਭਰ ਦੇ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਆਵੇਗੀ ਗਰਾਵਟ ਕੇਂਦਰ ਸਰਕਾਰ ਨੇ ਦਿੱਤੀ ਰਾਹਤ ਸਕੂਟਰ 'ਚ ਰੱਖੇ ਪਟਾਕੇ ਫਟਣ ਨਾਲ ਹੋਇਆ ਜ਼ਬਰਦਸਤ ਧਮਾਕਾ ਪਿਓ ਪੁੱਤ ਦੀ ਮੌਤ ਸੋ ਵਿਸ਼ਵ ਦੇ ਪੂਰੇ ਵਿਸ਼ਵ ਜਦੋਂ ਦੀਵਾਲੀ ਮਨਾ ਰਿਹਾ ਸੀ ਤਾਂ ਪਾਂਡੂਚਿਰੀ ਬਿੱਲੂਪੁਰ ਸਰਹੱਦ ਦੇ ਨੇੜੇ ਇੱਕ ਦਰਦਨਾਖਾ ਹਾਦਸਾ ਵਾਪਰ ਗਿਆ ਇਹ ਘਟਨਾ ਦੇ ਵਿੱਚ ਸਕੂਟਰ ਤੇ ਪਟਾਕੇ ਲੈ ਕੇ ਜਾ ਰਹੇ ਸਨ ਤਾਂ ਫਟਣ ਕਰਨ ਇੱਕ ਵਿਅਕਤੀ ਦੇ ਉਸਦੇ ਪੁੱਤਰ ਦੀ ਮੌਤ ਹੋ ਗਈ ਉਹ ਵੀਰਵਾਰ ਨੂੰ ਬਿੱਲੂਪੁਰਮ ਜ਼ਿਲ੍ਹੇ ਦੇ ਕੋਟਾ ਕੁੱਪ ਗੇਸਟ ਰੋਡ ਦੇ ਵਿੱਚ ਕਿਨੂੰ ਪਿੰਡੀ ਪਿੰਡੂ ਜਾ ਰਹੇ ਸਨ ਜਵਪਤ ਪਟਾਕਿਆਂ ਦੇ ਬੰਡਲ ਨਾਲ ਦੋ ਪਹੀਆ ਵਾਹਨ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਇਹ ਅੱਗ ਦੀ ਲਪੇਟ ਚੁਹਾ ਕੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਨਵਜੋਤ ਸਿੱਧੂ ਨੇ ਵਾਪਸ ਲਿਆ ਅਸਤੀਫਾ ਪਰ ਰੱਖੀ ਇਹ ਸ਼ਰਤ ਚੰਨੀ ਸਰਕਾਰ ਤੇ ਲਾਏ ਰਗੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਪ੍ਰਧਾਨ ਨਵਜੋਤ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਪਣਾ ਅਸਤੀਫਾ ਵਾਪਸ ਲਿਆ ਉਹਨਾਂ ਨੇ ਕਿਹਾ ਕਿ ਜਦੋਂ ਨਵਾਂ ਐਡਵੋਕੇਟ ਜਨਰਲ ਅਤੇ ਡੀਜੀਪੀ ਆ ਜਾਣਗੇ ਉਸ ਦਿਨ ਉਹ ਚਾਰਜ ਸੰਭਾਲ ਲੈਣਗੇ ਉਹਨਾਂ ਨੇ ਕਿਹਾ ਕਿ ਅਹੁਦੇ ਮਾਇਨੇ ਨਹੀਂ ਰੱਖਦੇ ਬਲਕਿ ਵਿਸ਼ਵਾਸ ਮਾਇਨੇ ਰੱਖਦਾ 2017 ਵਿੱਚ ਦੋ ਮੁੱਦਿਆਂ ਤੇ ਸਰਕਾਰ ਬਣੀ ਸੀ ਤੇ ਦੂਜੀ ਡਿੱਗੀ ਸੀ ਦੋ ਮੁੱਦਿਆਂ ਤੇ ਹੀ ਕੈਪਟਨ ਨੂੰ ਲਾਇਆ ਗਿਆ ਉਹਨਾਂ ਨੇ ਕਿਹਾ ਵਿਦਭੀ ਅਤੇ ਡਰੱਗ ਮਾਮਲੇ ਨੂੰ ਸੁਲਝਾਉਣ ਲਈ ਐਡਵੋਕੇਟ ਅਤੇ ਡੀਜੀਪੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ 103 ਨੰਬਰ ਐਫ ਆਰ ਚੂਦ ਸੁਖਬੀਰ ਦੇ ਕਹਿਣ ਤੇ ਦੋਚੀਆਂ ਨੂੰ ਕਲੀਨ ਚਿੱਟ ਦਿੱਤੀ ਗਈ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਸੁਮੇਲ ਸੈਣੀ ਦਾ ਪਰ ਉਸੇ ਜੋਗ ਬੰਦਾ ਹੈ ਡੀਜੀਪੀ ਇਕਬਾਲਪ੍ਰੀਤ ਸੋਹਿਤਾ ਜਿਹੜਾ ਵਕੀਲ ਸੋ ਇਹ ਮੇਧ ਸੈਣੀ ਨੂੰ ਜਮਾਨਤ ਦਿਵਾਉਂਦਾ ਹੈ ਉਸ ਨੂੰ ਪੰਜਾਬ ਸਰਕਾਰ ਤੇ ਭਰੋਸਾ ਉਸਤੇ ਕਰਦੀ ਆ ਪੰਜਾਬ ਪੁਲਿਸ ਦਾ ਮੁਖੀ ਐਡਵੋਕੇਟ ਜਨਰਲ ਨੂੰ ਲਾਉਣ ਤੇ ਸਵਾਲ ਲੋਕ ਸਵਾਲ ਖੜੇ ਕਰਦੇ ਨੇ ਪੰਜਾਬੀਆਂ ਦੇ ਮਾਨ ਨੂੰ ਟੇਸ ਪਹੁੰਚੀ ਇਹ ਮੇਰੀ ਕੋਈ ਨਿੱਜੀ ਲੜਾਈ ਨਹੀਂ ਨਵਜੋਤ ਸਿੱਧੂ ਨੇ ਚੁੱਕੀ ਸੌ ਚੋਣਾਂ 'ਚ ਐਨੀਆਂ ਘੱਟ ਐਨੀਆਂ ਸੀਟਾਂ ਜਿੱਤਣ ਦਾ ਕੀਤਾ ਦਾਵਾ ਪੰਜਾਬ ਦੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਇੱਕ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਅਸਤੀਫੇ ਨੂੰ ਵਾਪਸ ਲੈ ਲਿਆ ਹਾਲਾਂਕਿ ਇਹ ਐਲਾਨ ਮਹਿਜ ਰਸਮੀਆਂ ਕਿਉਂਕਿ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਅਸਤੀਫਾ ਵਾਪਸ ਲੈਣ ਦੀ ਗੱਲ ਕੀਤੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਸੌਖਾਦੀ ਹੈ ਕਿ ਉਹ ਮੈਂ ਕੋਈ ਤੇ ਸਾਢੇ 4 ਸਾਲਾਂ ਦੇ ਦੌਰਾਨ ਸ਼ਰਾਬ ਬੱਸਾਂ ਆਦਿ ਦੇ ਮੁੱਦੇ ਉਠਾਏ ਮੁੱਖ ਮੰਤਰੀ ਕੋਲੇ ਸੱਤਾ ਦਾ ਕੇਂਦਰੀਕਰਨ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਅਹੁਦੇ ਦਾ ਲਾਲਚ ਨਹੀਂ ਮੈਂ ਸਿਰਫ ਪੰਜਾਬ ਦੇ ਲੋਕਾਂ ਦੀ ਹੱਕਾਂ ਲਈ ਲੜਦਾ ਹਾਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ 80 ਤੋਂ 100 ਸੀਟਾਂ ਦੇਵਾਵਾਂਗਾ 에ਅਰ ਪੋਲੂਸ਼ਨ ਇਨ ਪੋਲੂਸ਼ਨ ਇਨ ਪੰਜਾਬ ਪੰਜਾਬ ਦੀ ਵਿਗੜੀ ਆਬੂ ਹਵਾ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਸਿਹਤ ਵਿਭਾਗ ਦੇ ਮੁਤਾਬਕ ਜਲੰਧਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਬਹੁਤ ਮਾੜਾ ਹੈ ਜਦੋਂ ਕਿ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਹਵਾ ਬਹੁਤ ਹੀ ਸਾਫ਼ਣੀ ਰੂਪਪੜ ਰਾਜ ਇਕਲੌਤਾ ਜਿੱਥੇ ਗ੍ਰੀਨ ਜ਼ੋਨ ਤਸੱਲੀ ਬਖਸ਼ ਸ਼੍ਰੇਣੀ ਦੇ ਵਿੱਚ ਹੈ। ਕਰੇਲੂ ਸਬਸਿਡੀ ਗੈਸ ਸਿਲੰਡਰ ਦੀ ਸਬਸਿਡੀ ਨੂੰ ਮੋਦੀ ਸਰਕਾਰ ਦੀ ਨਵੀਂ ਯੋਜਨਾ। ਜਾਨੋ ਕਿੰਨਾ ਦੇ ਖਾਤਿਆਂ ਦੇ ਵਿੱਚ ਡਿੱਗੇਗਾ ਪੈਸਾ। ਐਲਪੀਜੀ ਗੈਸ ਸਿਲੰਡਰ ਦੀ ਸਬਸਿਡੀ ਨੂੰ ਲੈ ਕੇ ਵੱਡੀ ਜਾਣਕਾਰੀ ਸામਨੇ ਆ ਰਹੀ ਹੈ ਸਰਕਾਰ ਦੁਆਰਾ ਇੱਕ ਅੰਦਰੂਨੀ ਮੌਲੰਕਣ ਦਰਸਾਉਂਦਾ ਹੈ ਕਿ ਗਾਹਕਾਂ ਨੂੰ ਐਲਪੀਜੀ ਸਿਲੰਡਰ ਲਈ ਪ੍ਰਤੀ ਸਿਲੰਡਰ 1000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਪੂਰੀ ਤਰ੍ਹਾਂ ਸਪਸ਼ਟ ਨਹੀਂ ਸਰਕਾਰ ਇਸ ਤੇ ਕੀ ਨਜ਼ਰੀਆ ਹੈ মিডিਆ ਰਿਪੋਰਟਾਂ ਦੇ ਮੁਤਾਬਕ ਸਬਸਿਡੀ ਦੇ ਮੁੱਦੇ ਤੇ ਕਈ ਵਾਰ ਚਰਚਾ ਕੀਤੀ ਜਾ ਚੁੱਕੀ ਹੈ ਪ੍ਰਯੋਜਨਾ ਲਈ ਬਣਾਈ ਗਿਆ ਸਰਕਾਰ ਕੋਰੇ ਦੋ ਵਿਕਲਪ ਨੇ ਪਹਿਲਾ ਬਿਨਾਂ ਸਬਸਿਡੀ ਦੇ ਸਿਲੰਡਰ ਦੀ ਸਪਲਾਈ ਕਰੋ ਦੂਜਾ ਗਾਹਕਾਂ ਨੂੰ ਕੁਝ ਸਬਸਿਡੀ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ ਸਰਕਾਰ ਦੀ ਕੀ ਯੋਜਨਾ ਹੈ ਸਰਕਾਰ ਦੀ ਯੋਜਨਾ ਕੁਝ ਸਮਝ ਨਹੀਂ ਆ ਰਹੀ ਸੂ ਰਿਪੋਰਟਾਂ ਦੇ ਮੁਤਾਬਕ 10 ਲੱਖ ਰੁਪਏ ਦੀ ਆਮਦਨ ਦਾ ਨਿਯਮ ਲਾਗੂ ਰਹੇਗਾ 6 ਨਵੰਬਰ ਨੂੰ ਮਨਾਈ ਜਾਵੇਗੀ ਭਾਈ ਦੂਜ ਦੀਵਾਲੀ ਤੇ ਪੰਜ ਦਿਨਾਂ ਤਿਹਾੜ ਦਾ ਭਾਈ ਦੂਜ ਜਾਂ ਯਮ ਦੇਵਤਿਆਂ ਦਾ ਸਮਾਪਨ ਹੁੰਦਾ ਹੈ ਭਾਈ ਦੂਜ ਦਾ ਦੀਵਾਲੀ ਤੋਂ ਦੋ ਦਿਨਾਂ ਬਾਅਦ ਮਨਾਇਆ ਜਾਂਦਾ ਹੈ ਤਿਹਾੜ ਯਮ ਦੇਵਤਿਆਂ ਵੀ ਕਿਹਾ ਜਾਂਦਾ ਹੈ ਇਸ ਦਿਨ ਮੌਤ ਦੇ ਦੇਵਤੇ ਯਮਰਾਜ ਅਤੇ ਉਨ੍ਹਾਂ ਦੀ ਪੈਣ ਯਮੁਨਾ ਦੀ ਪੂਜਾ ਕਰਨ ਦਾ ਰਵਾਜ ਰਖੜੀ ਵਾਂਗੂ ਇਹ ਧਿਆਨ ਵੀ ਪੈਣ ਪ੍ਰਾਣ ਨੂੰ ਸਮਰਪਿਤ ਹੈ। ਕਰੋਨਾ ਤੋਂ ਬਚਾਲ ਲਈ ਮਰਕ ਦੀ ਦਵਾਈ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਬ੍ਰਿਟੇਨ ਸੋ ਬ੍ਰਿਟੇਨ ਨੇ ਵੀਰਵਾਰ ਨੂੰ ਦਵਾਈ ਨਿਰਮਾਤਾ ਕੰਪਨੀ ਮਰਕ ਨੂੰ ਐਂਟੀ ਕੋਰੋਨਾ ਦਵਾਈ ਦੀ ਮਨਜ਼ੂਰੀ ਦੇ ਦਿੱਤੀ ਆ। ਬ੍ਰਿਟੇਨ ਇਸ ਡਰੱਗ ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਇਹ ਦਵਾਈ ਅਮਰੀਕਾ ਦੇ ਦਾ ਮਰਕ ਅਤੇ ਰਿਜ ਬੈਗ ਬਾਇਓਥੈਰੇਪੀ ਕਿਉਟਸ ਦੇ ਸਾਂਝੇ ਤੌਰ ਤੇ ਵਿਕਸਿਤ ਕੀਤੀ ਆ 11ਨ ਰਿਲੇਸ਼ਨ ਬਾਰੇ ਮ드ਰਾਸ ਹਾਈ ਕੋਰਟ ਦਾ ਵੱਡਾ ਫੈਸਲਾ ਮ드ਰਾਸ ਹਾਈ ਕੋਰਟ ਨੇ 11ਨ ਰਿਲੇਸ਼ਨਸ਼ਿਪ ਬਾਰੇ ਵੱਡਾ ਫੈਸਲਾ ਦਿੱਤਾ ਅਦਾਲਤ ਨੇ ਕਿਹਾ ਕਿ ਲੰਬੇ ਸਮੇਂ ਤੱਕ ਸਹਿ ਜੀਵਨ ਜai ਇਕੱਠੇ ਰਹਿਣ ਨਾਲ ਵਿਵਤਾ ਅਧਿਕਾਰ ਨਹੀਂ ਮਿਲ ਜਾਂਦੇ ਅਦਾਲਤ ਮੁਤਾਬਕ ਜੇ ਇਹ ਰਿਸ਼ਤੇ ਸੰਬੰਧੀ ਪਰਿਵਾਰਕ ਅਦਾਲਤਾਂ ਵਿੱਚ ਵਿਵਤਾ ਵਿਵਾਦ ਉਠਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਸਿਰਫ ਕਾਨੂੰਨੀ ਤਰੀਕੇ ਨਾਲ ਵਿਆਹ ਦੇ ਮਾਮਲੇ ਵਿੱਚ ਲਾਗੂ ਹੋ ਜਾਂਦਾ ਹੈ WHO ਨੇ ਭਾਰਤ ਬਾਇਓਟੈਕ ਕੋਵੈਕਸਿਨ ਟੀਕੇ ਨੂੰ ਐਮਰਜੈਂਸੀ ਵਰਤੋਂ ਦੀ ਦਿੱਤੀ ਮਨਜ਼ੂਰੀ ਭਾਰਤ ਬਾਇਓਟੈਕ ਨੇ ਕਰੋਨਾ ਵੈਕਸੀਨ ਕੋਵੈਕਸਿਨ ਨੂੰ ਲੈ ਕੇ ਇੱਕ ਚੰਗੀ ਖਬਰ ਆਈ ਹੈ ਜੀ ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਐਮਰਜੈਂਸੀ ਵਰਤੋਂ ਦੇ ਲਈ ਭਾਰਤ ਦੀ ਸਵਦੇਸ਼ੀ ਕਾਨੂੰਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਆ ਸੋ ਕੋਵੈਕਸਿਨ ਨੂੰ ਮਨਜ਼ੂਰੀ ਮਿਲ ਗਈ ਆ ਜੀ ਭਾਰਤ ਬਾਇਓਟੈਕ ਨੇ 19 April ਨੂੰ WHO ਨੂੰ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਸੂਚੀ ਦੀ ਅਰਜ਼ੀ ਦਿੱਤੀ ਧੂਏ ਦੇ ਕਹਿਰ ਤੋਂ ਕੁਝ ਵੀ ਨਾ ਦਿਸਿਆ ਤੇ ਦਰਜਨ ਵਾਹਨ ਆਪਸ ਦੇ ਵਿੱਚ ਟਕਰਾਏ ਸੋ ਦੀਵਾਲੀ ਤੋਂ ਬਾਅਦ ਫਿਜ਼ਾ ਦੇ ਵਿੱਚ ਜ਼ਹਿਰ ਕੁੱਲ ਗਿਆ ਦਿੱਲੀ ਦੇ ਆਲੇ ਦੁਆਲੇ ਧੂਏ ਦੀ ਸਫੇਦ ਚਾਦਰ ਵਿੱਚ ਗਈ ਹੈ ਜੀ ਦਰਸ਼ਨ ਪ੍ਰਦੂਸ਼ਣ ਦੇ ਕਾਰਨ ਧੂਆ ਜਿਹੜਾ ਫੈਲ ਗਿਆ ਜਿਸ ਕਰਕੇ ਸਵੇਰੇ ਦਿੱਲੀ ਦੇ ਨੇੜੇ ਹਾਈਵੇ ਤੇ ਅੱਧੀ ਦਰਜਨ ਤੋਂ ਜ਼ਿਆਦਾ ਜਿਹੜੇ ਵਾਹਨ ਆਪਸ ਦੇ ਵਿੱਚ ਟਕਰਾ ਗਏ ਤੇ ਹਾਦਸੇ ਵਿੱਚ ਇੱਕ ਆਦਮੀ ਤੇ ਔਰਤ ਦੀ ਨਾਜ਼ੁਕ ਹਾਲਤ ਬਣੀ ਹੋਈ ਆ ਕੁਝ ਹੀ ਸਕਿੰਟਾਂ ਦੇ ਵਿੱਚ 6 ਕਾਰਾਂ ਇੱਕ ਦੂਜੇ ਦੇ ਨਾਲ ਟਕਰਾ ਗਈਆਂ ਹਾਦਸੇ ਦੇ ਵਿੱਚ ਦੋ ਬੱਚਿਆਂ ਸਮੇਤ 6 ਲੋਕ ਜ਼ਖਮੀ ਹੋ ਗਏ ਨੇ ਸਰਕਾਰੀ ਬੱਸਾਂ ਦਾ ਦਿੱਲੀ 에ਰਪੋਰਟ ਤੋਂ ਨੋ ਐਂਟਰੀ ਬਾਦਲ ਪਰਿਵਾਰ ਦੀਆਂ ਬੱਸਾਂ ਪਰ ਰਹੀਆਂ ਨੇ ਖਜਾਨੇ ਸੋ ਇਹ ਵੀ ਵੱਡੀ ਖਬਰ ਹੈ ਵਿਦੇਸ਼ਾਂ ਤੋਂ ਆਉਣ ਵਾਲੇ ਜਾਣੇ ਲੋਕਾਂ ਨੂੰ 1050 ਰੁਪਏ ਦੀ ਥਾਂ ਤੇ 2500 ਤੋਂ 3000 ਰੁਪਏ ਤੱਕ ਦਾ ਕਿਰਾਇਆ ਦੇਣਾ ਪੈ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਵੀ ਹਰ ਮਹੀਨੇ 1 ਕਰੋੜ ਰੁਪਏ ਦਾ ਨੁਕਸਾਨ ਸਹਿਜ ਹੀ ਹੋ ਰਿਹਾ ਹੈ ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਕਿਹਾ ਰਾਜਾ ਵੜਿੰਗ ਕਾਂਗਰਸੀਆਂ ਦੀਆਂ ਬੱਸਾਂ ਕਿਉਂ ਨਹੀਂ ਕਰਦਾ ਬੰਦ 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਦਿੱਲੀ ਵਿੱਚ ਕਤਲ ਕੀਤੇ ਗਏ ਸਿੱਖ ਪਰਿਵਾਰਾਂ ਦੇ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਪਾਰਟ ਵਿੱਚਾ ਜੋ ਸੁਖਬੀਰ ਬਾਦਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਈ ਪਹੁੰਚੇ ਇਸ ਦਰਾਂ ਨੂੰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜੋ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ ਉਸ ਦੀ ਮੱਦਦ ਨਾ ਦੇ ਰੱਖਦੇ ਆ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਕਾਂਗਰਸ ਨੂੰ ਨਕਾਰਨਾ ਚਾਹੀਦਾ ਇਸ ਦੌਰਾਨ ਸੁਖਵੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲੇ ਹੀ ਕੈਬਨਿਟ ਦੇ ਵਿੱਚ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ ਪੰਜਾਬ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਸੰਘਰਸ਼ ਜਾਰੀ ਰੱਖਣ ਦਾ ਕੀਤਾ ਐਲਾਨ ਤਨਖਾਹ ਕਮਿਸ਼ਨ ਸੰਬੰਧੀ ਪੈਨਸ਼ਨਰਾਂ ਦਾ ਨੋਟੀਫਿਕੇਸ਼ਨ ਵੱਡਾ ਧੋਖਾ ਕਰਾਰ ਇੱਕ ਇੱਕ 16 ਤੋਂ ਬਾਅਦ ਵਾਲੇ ਮੁਲਾਜ਼ਮਾਂ ਨੂੰ ਪਰਖਕਾਲ ਦੇ ਬਕਾਏ ਨਾ ਦੇਣ ਦੀ ਆਲੋਚਨਾ ਕੱਚੇ ਮੁਲਾਜ਼ਮਾਂ ਅਤੇ ਮਾਨ ਪੱਤਾ ਵਰਕਰਾਂ ਦੇ ਮਸਲੇ ਹੱਲ ਨਾ ਕਰਨ ਦਾ ਦੋਸ਼ 13 ਨਵੰਬਰ ਨੂੰ ਮਨਪ੍ਰੀਤ ਬਾਦਲ ਖਿਲਾਫ ਬਠਿੰਡਾ ਵਿੱਚ ਹੋਵੇਗੀ ਵਿਸ਼ਾਲ ਰੈਲੀ ਆਗਵਾ ਨੇ ਕਿਹਾ ਹੈ ਕਿ 11% ਮੰਗਾਈ ਪੱਤੇ ਤੋਂ ਵਿਰਵੇ ਰੱਖ ਕੇ ਐਲਾਨ ਕੀਤਾ 11% ਮੰਗਾਈ ਪੱਤਾ ਜਨਵਰੀ 2021 ਦੀ ਬਜਾਏ ਨਵੰਬਰ 2021 ਤੋਂ ਲਾਗੂ ਕਰੇ ਅਤੇ 17 ਜੁਲਾਈ 2021 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਨੂੰ ਲਾਗੂ ਨਾ ਕਰੇ ਬਿੱਟੂ ਦੀ ਫੇਸਬੁੱਕ 'ਤੇ ਕਦਾਰਨਾਥ ਸਮਝੌਤਾ ਟੁੱਟਿਆ ਬਣੀ ਚਰਚਾ ਦਾ ਵਿਸ਼ਾ ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਰੰਤ ਰਵਨੀਤ ਬਿੱਟੂ ਵੱਲੋਂ ਆਪਣੇ ਫੇਸਬੁੱਕ 'ਤੇ ਕਦਾਰਨਾਥ ਸਮਝੌਤਾ ਟੁੱਟਿਆ ਦੀ ਪੋਸਟ ਪਾਈ ਗਈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਆ ਚੰਡੀਗੜ੍ਹ ਵਿੱਚ ਹੁਣ ਜਾਨ ਖਤਰੇ 'ਚ ਪਾ ਕੇ ਨਹੀਂ ਪਹੁੰਚਣਾ ਪਹੁੰਚੇਗਾ ਪਹੁੰਚਣਾ ਪਵੇਗਾ ਪੀਜੀਆਈ ਸੋ ਜਲਦੀ ਪੀਯੂ ਤੱਕ ਬਣੇਗਾ ਅੰਡਰਪਾਸ ਉਹ ਪੀਜੀਆਈ ਦੇਸ਼ ਦੀ ਸਭ ਤੋਂ ਮਸ਼ਹੂਰ ਸਿਹਤ ਸੰਸਥਾਵਾਂ ਵਿੱਚੋਂ ਇੱਕ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਹੋਰ ਸੂਬਿਆਂ ਤੋਂ ਰੋਜ਼ਾਨਾ ਹੀ ਮਰੀਜ਼ ਇੱਥੇ ਸਿਹਤ ਸਹੂਲਤਾਂ ਲੈਣ ਲਈ ਪਹੁੰਚਦੇ ਨੇ ਪੀਜੀਆਈ ਦੇ ਵਿੱਚ ਇੱਕ ਦਿਨ ਦੀ ਓਪੀਡੀ ਵਿੱਚ 10000 ਮਰੀਜ਼ ਹੁੰਦੇ ਨੇ ਬਹੁਤ ਸਾਰੇ ਮਰੀਜ਼ ਆਈਐਸਬੀਟੀ ਤੋਂ ਪੀਜੀਆਈ ਪਹੁੰਚਦੇ ਨੇ ਕਈ ਮਰੀਜ਼ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਸੜਕ ਪਾਰ ਕਰਨੀ ਪੈਂਦੀ ਆ ਸੋ ਵਿਚਕਾਰਲੀ ਸੜਕ ਤੇ ਕਾਫੀ ਆਵਾਜ਼ਾਈ ਰਹਿੰਦੀ ਆ ਲਾਈਨ ਕਦੇ ਟੁੱਟਦੀ ਨਹੀਂ ਮਰੀਜ਼ਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਆਵਾਜ਼ਾਈ ਤੋਂ ਲੰਘਣਾ ਪੈਂਦਾ ਕਈ ਵਾਰ ਹਾਦਸਿਆਂ ਦੀ ਵਿੱਚ ਲਪੇਟ ਚੁਆ ਜਾਂਦੇ ਨੇ ਇਸ ਦੇ ਮਤਲਬ ਨਾਲ ਰਪੀਜੀ ਅਤੇ ਪਯੂ ਵਿਚਕਾਰ ਇੱਕ ਸਬਵੇ ਅੰਟਰਪਾਸ ਬਣਾਇਆ ਜਾ ਰਿਹਾ ਹੈ 8100 ਰੁਪਏ ਤੱਕ ਵੱਧ ਸਕਦੀ ਇਹਨਾਂ 12 ਲੱਖ ਮੁਲਾਜ਼ਮਾਂ ਦੀ ਤਨਖਾਹ ਐਸੋਸੀਏਸ਼ਨ ਦੀ ਵੱਡੀ ਮੰਗ ਮੰਨ ਸਕਦੀ ਹੈ ਸਰਕਾਰ ਇੰਡੀਅਨ ਰੇਲਵੇ ਦੇ 12 ਲੱਖ ਦੇ ਕਰੀਬ ਜਿਆਦਾ ਮੁਲਾਜ਼ਮਾਂ ਨੂੰ ਇਸ ਤਿਹਾਰੀ ਸੀਜ਼ਨ ਦੇ ਵਿੱਚ ਇੱਕ ਹੋਰ ਵੱਡਾ ਗਿਫਟ ਮਿਲ ਸਕਦਾ ਹੈ ਫਾਈਨੈਂਸ ਮਿਨਿਸਟਰੀ ਨੇ ਉਹਨਾਂ ਦੇ ਹਾਊਸ ਰੈਂਟ ਅਲਾਉਂਸੈਂਸ ਜਾਨੀ ਕਿ HRA ਨੂੰ 1 ਜਨਵਰੀ 2021 ਤੋਂ ਲਾਗੂ ਕਰਨ ਦੀ ਮੰਗ ਤੇ ਮੰਤਨ ਸ਼ੁਰੂ ਕਰ ਦਿੱਤਾ ਹੈ ਇਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਲਈ ਰੇਲਵੇ ਬੋਰਡ ਨੂੰ ਭੇਜਿਆ ਗਿਆ ਜੇਕਰ ਅਜਿਹਾ ਹੁੰਦਾ ਤਾਂ ਇਸ ਨਾਲ ਲੱਖਾਂ ਮੁਲਾਜ਼ਮਾਂ ਦਾ HRA ਵਧ ਜਾਵੇਗਾ ਨਾਲ ਹੀ ਮੋਟ ਐਰੀਅਰ ਮਿਲੇਗਾ 5400 ਤੋਂ ਲੈ ਕੇ 8100 ਰੁਪਏ ਤੱਕ ਪ੍ਰਤੀ ਮਹੀਨੇ ਦਾ ਉਹਨਾਂ ਨੂੰ ਫਾਇਦਾ ਹੋ ਜਾਵੇਗਾ 1984 ਪੀੜਤਾਂ ਦੇ ਲਈ ਲੁਧਿਆਣਾ ਜੋ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ ਬੱਸਾਂ ਬੰਦ ਕਰਨ ਨੂੰ ਲੈ ਕੇ ਰਾਜਾ ਵੜਿੰਗ ਤੇ ਵੀ ਕੀਤਾ ਹਮਲਾ ਇਸ ਦੌਰਾਨ ਪੰਜਾਬ ਦੇ ਲੋਕਾਂ ਨੇ ਕਿਹਾ ਲੋਕਾਂ ਨੂੰ ਕਿਹਾ ਕਿ ਜੋ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕੀਤਾ ਗਿਆ ਉਸ ਦੇ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਕਾਂਗਰਸ ਨੂੰ ਨਕਾਰਨਾ ਚਾਹੀਦਾ ਹੈ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲੀ ਹੀ ਕੈਬਨਿਟ ਦੇ ਵਿੱਚ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕੀਤੇ ਜਾਣਗੇ ਨਾਲ ਹੀ ਉਹਨਾਂ ਨੇ ਸਿੱਧੂ ਨੂੰ ਫਿਰ ਇੱਕ ਮਿਸ ਗਾਈਡ ਮੋਡਲ ਕਰਾਰ ਦਿੱਤਾ ਵਿਸ਼ਕਰਮਾ ਦਿਹਾੜੇ ਤੇ ਵੀ ਚੱਲਦਾ ਹੈ ਪੰਜਾਬ ਦੀ ਇਸ ਵਰਕਸ਼ਾਪ ਚ ਕੰਮ ਦੀਵਾਲੀ ਤੋਂ ਅਗਲੇ ਦਿਨ ਸਾਰੇ ਮੁਲਕ ਖਾਸ ਕਰਕੇ ਉੱਤਰੀ ਭਾਰਤ ਵਿੱਚ ਵਿਸ਼ਕਰਮਾ ਦਿਹਾੜਾ ਮਨਾਇਆ ਜਾਂਦਾ ਹੈ ਜੌਰਾ ਦੇ ਰਚਨਹਾਰੇ ਮੰਨੇ ਭਗਵਾਨ ਵਿਸ਼ਕਰਮਾ ਨੂੰ ਸ਼ਰਦਾ ਪੇੜ ਕਰਨ ਦੇ ਵਾਸਤੇ ਸਾਰੇ ਕਾਰੀਗਰ ਇਸ ਦਿਨ ਆਪਣਾ ਕੰਮ ਬੰਦ ਕਰਕੇ ਆਪਣੇ ਸੰਦਾਂ ਦੀ ਪੂਜਾ ਕਰਦੇ ਨੇ ਭਾਵੇਂ ਕਿਸੇ ਨੂੰ ਕਿੰਨੀ ਵੀ ਲੋੜ ਨਾ ਕਿਉ ਹੋਵੇ ਮਿਸਤਰੀ ਪਰ ਆਪਨੇ ਅਕੀਦੇ ਚ ਉੱਪਰ ਪੱਕ ਰਹੇ ਨੇ ਪਲਾਸਪੇਸ ਕਸ ਦੀ ਵਰਤੋਂ ਨਹੀਂ ਕਰਦੇ ਜਿਦੋਂ ਤੱਕ ਕਿ ਟਾਇਰ ਦੇ ਵਿੱਚ ਫੂਕ ਵੀ ਨਹੀਂ ਪਰਦੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਐਨ ਸੈਂਟਰ ਚੋਂ ਲਗਭਗ ਬੀਤੀ ਅੱਧੀ ਸਦੀ ਚੋਂ ਇੱਕ ਮੋਟਰ ਵਰਕਸ਼ਾਪ ਕਿਸੇ ਵੀ ਵਿਸ਼ਕਰਮਾ ਦੇ ਅੱਜ ਤੱਕ ਬੰਦ ਨਹੀਂ ਹੋਈ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੁੱਲਾਪੁਰ ਦਾ ਕਦੇ ਮੇਨ ਬਾਜ਼ਾਰ ਚੋਂ ਰਾਏਕੋਟ ਤੇ ਕੁਲਵੰਤ ਮੋਟਰਸ ਨਾਂ ਦੇ ਹੇਠਾਂ ਮੋਟਰਸਾਈਕਲ ਸਕੂਟਰ ਮਰਮਤ ਦਾ ਕੰਮ ਕਰਦੀ ਵਰਕਸ਼ਾਪ ਕਸਬਿਆਂ ਦੀ ਮੈਂਨ ਰਿਪੇਅਰਾਂ ਸ਼ਾਪਾਂ ਦੇ ਵਿੱਚੋਂ ਇੱਕ ਐਸ ਉਹਨਾਂ ਨੇ ਦੱਸਿਆ ਜੀ ਮੇਰੇ ਪਿਤਾ ਉਹਨੇ 176 ਚ ਮੋਟਰਸਾਈਕਲ ਦਾ ਘਰ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਸੀ ਵਿਸ਼ਕਰਮਾ ਦਿਹਾੜੇ ਤੇ ਅੱਪ ਦਾ ਕੰਮ ਬੰਦ ਨਹੀਂ ਸੀ ਕੀਤਾ ਉਹਨਾਂ ਨੇ ਦੱਸਿਆ ਕਿ ਵਿਸ਼ ਭਗਵਾਨ ਵਿਸ਼ਕਰਮਾ ਚ ਪੂਰੀ ਸ਼ਰਦਾ ਸੀ ਪਰ ਉਹ ਕਹਿੰਦੇ ਹਨ ਕਿ ਵਿਸ਼ਕਰਮਾ ਦਿਹਾੜੇ ਦੀ ਵਜ੍ਹਾ ਕਰਕੇ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਇਹ ਠੀਕ ਨਹੀਂ ਮੁੱਖ ਮੰਤਰੀ ਚੰਨੀ ਵੱਲੋਂ ਵਿਸ਼ਕਰਮਾ ਮੰਦਿਰ ਦੇ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਯੂਪੀ ਚ ਹੋਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ ਸੋ ਵੱਡੀ ਖਬਰ ਹੈ ਜੀ ਸੋਨੂ ਸੂਦ ਨੇ ਕਰਮਾਈ ਪੰਜਾਬ ਦੀ ਰਾਜਨੀਤੀ ਕਿਹਾ ਨੇਤਾ ਅਸਤੀਫਾ ਵੀ ਮਨੋਰਥ ਪੱਤਰ ਨਾਲ ਨਤੀ ਕਰੋ ਫਿਰੋਜ਼ਪੁਰ ਜੋ ਟਿਫਨ ਬੰਬ ਬਰਾਮਦ ਹੋਣ ਦੀ ਪੂਰੀ ਕਹਾਣੀ ਗ੍ਰਫਤਾਰ ਹੋਣ ਵਾਲੇ ਤਿੰਨ આરોપી ਹੋਰ ਕਿਹੜੇ ਮਾਮਲੇ ਦੇ ਨਾਲ ਜੁੜੇ ਨੇ ਤਾਰ ਸਰਹੱਦੀ ਸੂਬੇ ਪੰਜਾਬ ਦੇ ਵਿੱਚ ਇੱਕ ਹੋਰ ਸੰਭਾਵ ਤੱਤਵਾਦੀ ਹਮਲੇ ਨੂੰ ਨਾਕਾਮ ਕਰਦਿਆ ਪੰਜਾਬ ਪੁਲਿਸ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਖੇਤਾਂ ਦੇ ਵਿੱਚ ਤੇ ਇੱਕ ਘਰ ਦੇ ਵਿੱਚ ਲੁਕੋਇਆ ਬੰਬ ਜਿਹੜਾ ਬਰਾਮਦ ਕੀਤਾ ਡੀਜੀਪੀ ਪੰਜਾਬ ਇਕਬਾਲਪ੍ਰੀਤ ਸਿੰਘ ਸੂਤਾ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਪਛਾਣ ਜਸਵੰਤ ਸਿੰਘ ਉਰਫ ਸ਼ਿੰਦਾ ਬਾਬਾ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲਾ ਫਿਰੋਜ਼ਪੁਰ ਤੇ ਬਲਵੰਤ ਸਿੰਘ ਵਾਸੀ ਬਲੀ ਖੁਰਦ ਲੁਧਿਆਣਾ ਦੇ ਵਜੋਂ ਹੋਈ ਇਸ ਤੋਂ ਇਲਾਵਾ ਰਣਜੀਤ ਸਿੰਘ ਉਰਫ ਗੋਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਡੀਜੀਪੀ ਨੇ ਦੱਸਿਆ ਕਿ ਜਾਂਚ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਵਾਂ ਕੋਲੇ ਇੱਕ ਇੱਕ ਟਿਫਨ ਬੰਬ ਸੀ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਗਈ ਲੜਕੀ ਨੇ ਪਤੀ ਨੂੰ ਵਿਸਾਰਿਆ ਮਾਰਾਈ ਮਾਰੀ 22 ਲੱਖ